ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਸਾਡੇ ਚੈਨਲ ਕਰੋ ਸਬਸਕ੍ਰਾਈਬ, ਬੈਲ ਆਈਕੋਨ ਦੇ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੋਸਤੋ, ਜਿਵੇਂ ਕਿ ਅਸੀਂ ਮੱਝਾਂ ਦੀ ਗਾਵਾਂ ਦੀ ਵੀਡੀਓ ਅਪਲੋਡ ਕਰ ਰਹੇ ਹਾਂ, ਅੱਜ ਅਸੀਂ ਤੁਹਾਡੇ ਵਾਸਤੇ ਜਨਾਬ ਇੱਕ ਦੂਜੇ ਨੂੰ ਝੋਟੀ ਦੀ ਵੀਡੀਓ ਲੈ ਕੇ ਆਇਆ। ਮੇਰਾ ਕੈਮਰਾਮੈਨ ਤੁਹਾਨੂੰ ਝੋਟੀ ਖਾਂਦਾ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂਗੇ। ਕੈਮਰਾਮੈਨ ਸਾਹਿਬ ਤਸੱਲੀ ਨਾਲ ਜਿਹੜਾ ਝੋਟੀ ਦਿਖਾਓ ਦੋਸਤੋ, ਚੂਰਪਣ ਸਿੰਘ ਨੇ ਮੱਥਾ ਥੋੜਾ ਜਿਹਾ ਸਫੈਦ ਏ, ਬਾਕੀ ਮਾਸ਼ਾਅੱਲਾ ਕਾਲੀ ਸਿਆਸ ਝੋਟੀ ਏ। ਦੋਸਤੋ, ਇਹ ਦੇਖ ਸਕਦੇ ਮਾਸ਼ਾਅੱਲਾ ਗਿੱਟ ਗਿੱਟ ਖਾਣਾ ਜੀ, ਬਿਰਲਾ ਨੇ ਚੰਗੇ ਸੋਹਣੇ ਥਾਣ ਨੇ, ਸਾਫ਼ ਸੁਥਰੀ ਦੋਸਤੋ ਹਵਾਨਾ ਮਾਸ਼ਾਅੱਲਾ ਸੋਹਣਾ, ਅੱਗੇ ਪਿੱਛੇ ਹਵਾਨਾ ਪੂਰਾ, ਹਰ ਪਾਸੋਂ ਸਾਫ਼ ਸੁਥਰੀ ਜਨਾਬ। ਬਾਕੀ ਕਿੰਨਾ ਦੁੱਧ ਹੈ ਜਾਂ ਕੀ ਹਿਸਾਬ ਕਰਾਂਗੇ ਸਾਰਾ ਮਾਲਕ ਨਾਲ ਕਰਾਂਗੇ। ਅਤੇ ਆਹ ਤੁਹਾਨੂੰ ਟੋਰ ਕੇ ਵਿਖਾ ਦਿੱਤੀ ਜਨਾਬ, ਇਹਨੂੰ ਕੋਈ ਫਾੜ ਨਹੀਂ, ਕੋਈ ਬਿਲਕੁਲ ਠੀਕ ਠਾਕ। ਇਹ ਤੁਸੀਂ ਦੋਸਤੋ ਦੇਖ ਸਕਦੇ ਮਾਸ਼ਾਅੱਲਾ, ਹਰ ਪਾਸੋਂ ਪੂਰੀ ਜਨਾਬ ਚੰਗੀਆਂ ਬਿਰਲਾਂ ਰੱਖੀਆਂ ਨੇ, ਕਾਲੀ ਸਿਆਹ ਮੱਥਾ ਥੋੜ੍ਹਾ ਆ ਜਾ ਸਫੈਦ, ਕਾਲੀਆਂ ਅੱਖਾਂ ਨੇ। ਇਹ ਦੋਸਤੋ ਇਹਦੇ ਮਗਰ ਕੱਟੀ ਹੈ, ਮੇਰਾ ਕੈਮਰਾਮੈਨ ਤੁਹਾਨੂੰ ਕੱਟੀ ਦਿਖਾ ਦਿੰਦਾ, ਬਿੱਲੀਆਂ ਅੱਖਾਂ ਕੱਟੀ ਦੀਆਂ ਮਾਸ਼ਾਅੱਲਾ ਸੋਹਣੀ, ਬੱਗੀ ਮੋਛੇ, ਇੱਕ ਪੈਰ ਵੀ ਥੋੜ੍ਹਾ ਜਿਹਾ ਸਫੈਦ ਹੈਗਾ ਪਿਛਲਾ। ਅਤੇ ਤਕਰੀਬਨ ਮਹੀਨੇ ਇੱਕ ਦੀ ਸੂਈ ਵੀ ਲੱਗਦੀ ਹੈ, ਬਾਕੀ ਮਾਲਕ ਨੂੰ ਪੁੱਛਾਂਗੇ ਕਦੋਂ ਦੀ ਸੂਈ ਅੱਗੇ ਹਿਸਾਬ ਕਰ। ਇਹ ਦੋਸਤੋ ਦੇਖ ਸਕਦੇ ਮਾਸ਼ਾਅੱਲਾ ਚੰਗਾ ਵਾਨਾ, ਸਾਫ਼ ਸੁਥਰੀ ਚੋਟੀ, ਹਰ ਪਾਸੋਂ ਪੂਰੀ, ਦੂਸਰਾ ਸੂਬਾ ਸੂਈ। ਅਤੇ ਜਨਾਬ ਮਾਲਕ ਨਾਲ ਕਰ ਲੈਣ ਆ ਜਾਓ ਜਨਾਬ ਇੱਥੇ। ਅਸਲਾਮ ਵਾਲੇਕੁਮ ਜਨਾਬ। ਵਾਲੇਕੁਮ ਅਸਲਾਮ ਜਨਾਬ। ਭਾਈ ਜਾਨ ਕਿੰਨੇ ਦਿਨ ਹੋ ਗਿਆ ਚੋਟੀ ਸੂਈ ਨੂੰ? ਚੋਟੀ ਨੂੰ ਹੋ ਗਿਆ ਮਹੀਨਾ ਕੁ ਜੀ। ਮਹੀਨਾ ਕੁ ਹੋ ਗਿਆ ਸੂਈ ਨੂੰ? ਦੋ ਟਾਈਮ ਦਾ ਕਿੰਨਾ ਦੁੱਧ ਕਰ ਰਹੀ? ਦੁੱਧ ਹੈਗਾ 10 ਕਿਲੋ। 10 ਕਿਲੋ ਪੱਕਾ ਦੁੱਧ? ਠੰਡਾ? ਹਾਂਜੀ ਠੰਡਾ ਹੈ, ਕੱਟੀ ਨੂੰ ਛੱਡ ਗਿਆ ਜੀ। ਕੱਟੀ ਨੂੰ ਛੱਡ ਕੇ 10 ਕਿਲੋ ਦੁੱਧ ਪੱਕਾ ਹੈ? ਹਾਂਜੀ। ਅਤੇ ਇਹਦੀ ਮੁਨਾਸਬ ਦੀ ਕੀਮਤ ਕਿੰਨੀ? 2,25,000। ਪਿਆਰ ਮੁਹੱਬਤ ਇਹਦੇ ਜੀ ਕਰ ਲਾਂਗੇ ਜੀ। ਦੋਸਤੋ 2,25,000 ਰੁਪਈਆ ਦੀ ਕੀਮਤ ਹੈ, ਮਗਰ ਇਹਦੇ ਕੱਟੀਏ 10 ਕਿਲੋ ਦੁੱਧ ਠੰਡਾ ਕਹਿੰਦੇ ਨੇ ਕਿ ਚਵਾ ਕੇ ਦਿਆਂਗੇ। ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆ ਜਾਂਦੀ ਸਾਡੇ ਨਾਲ ਰਾਬਤਾ ਕਰ ਸਕਦਾ, 0307-6635 ਸਾਡਾ ਵਟਸਐਪ ਨੰਬਰ ਹੈ ਜੀ। ਇੱਕ ਵਾਰੀ ਫਿਰ ਜਨਾਬ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਚੋਟੀ ਦਿਖਾ ਦੇਵੇ ਤਾਂ ਕਿ ਕੋਈ ਸ਼ੱਕ ਨਾ ਰਹਿ ਜਾਵੇ। ਦੋਸਤੋ ਇਹ ਦੇਖ ਸਕਦੇ ਜੀ, ਹਰ ਪਾਸੋਂ ਚੋਟੀ ਸਾਫ਼ ਸੁਥਰੀ, ਮਾਸ਼ਾਅੱਲਾ ਚੰਗੀਆਂ ਬਿਰਲਾਂ ਰੱਖੀਆਂ ਹੋਈਆਂ ਨੇ, ਸੋਹਣਾ ਹਵਾਨਾ, ਹਵਾਨਾ ਪਿੱਛੋਂ ਵੀ ਬਿਲਕੁਲ ਠੀਕ ਠਾਕ ਰੱਖਿਆ ਹੋਇਆ ਨੇ। ਉਮੀਦ ਹੈ ਕਿ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਅਗਲੀ ਵੀਡੀਓ 'ਚ, ਖੁਦਾ ਹਾਫਿਜ਼।